ਕਿਸਾਨ ਸੰਘਰਸ਼ ਕਰ ਰਹੇ ਨੇ। ਜੰਤਰ ਮੰਤਰ 'ਤੇ ਪਹੁੰਚ ਗਏ ਦਿੱਲੀ ਅਤੇ ਟਾਵਰ 'ਤੇ ਚੜ੍ਹ ਗਏ, ਟਾਵਰ ਤੋਂ ਉਹਨਾਂ ਨੂੰ ਉਤਾਰਨਾ ਪਿਆ। ਪੰਜਾਬ ਦੀਆਂ ਜਥੇਬੰਦੀਆਂ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕ ਚੁੱਕੀਆਂ ਨੇ ਅਤੇ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ MSP ਦੇਣ ਤੋਂ ਸੂਬਾ ਸਰਕਾਰ ਨੇ ਕੋਰੀ ਨਾ ਕਰ ਦਿੱਤੀ ਹੈ। ਤਾਮਿਲਨਾਡੂ ਦੇ ਕਿਸਾਨ ਜੀ ਇੱਕ ਤਾਂ ਨਦੀਆਂ ਦਾ ਮਿਲਾਨ ਮੰਗ ਰਹੇ ਆ, ਸਾਰੇ ਭਾਰਤ ਦੀਆਂ ਨਦੀਆਂ ਨੂੰ ਇੱਕ ਸੁਰ 'ਚ ਪਰੋ। ਫਸਲਾਂ 'ਤੇ MSP ਗੱਲ ਤੱਕ ਸਾਰੇ ਮੰਗ ਹੀ ਰਹੇ ਨੇ। ਕਈ ਸਾਰੀਆਂ ਮੰਗਾਂ ਨੂੰ ਲੈ ਕੇ ਕੱਲ੍ਹ ਉਹ ਜੰਤਰ ਮੰਤਰ 'ਤੇ ਆ ਗਿਆ 100 ਦੇ ਕਰੀਬ ਬੰਦਾ। ਕਿਸਾਨ ਸੰਘਰਸ਼ ਕਰ ਰਹੇ ਨੇ। ਜੰਤਰ ਮੰਤਰ 'ਤੇ ਪਹੁੰਚ ਗਏ ਦਿੱਲੀ ਅਤੇ ਟਾਵਰ 'ਤੇ ਚੜ੍ਹ ਗਏ, ਟਾਵਰ ਤੋਂ ਉਹਨਾਂ ਨੂੰ ਉਤਾਰਨਾ ਪਿਆ। ਪੰਜਾਬ ਦੀਆਂ ਜਥੇਬੰਦੀਆਂ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕ ਚੁੱਕੀਆਂ ਨੇ ਅਤੇ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ MSP ਦੇਣ ਤੋਂ ਸੂਬਾ ਸਰਕਾਰ ਨੇ ਕੋਰੀ ਨਾ ਕਰ ਦਿੱਤੀ ਹੈ, ਕਿਉਂਕਿ ਬਿਆਨ ਬੜਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਚਰਚਾ ਸੀ ਕਿ ਅਸੀਂ MSP ਦੇਵਾਂਗੇ, ਅਤੇ ਕਹਿੰਦੇ ਹੁਣ ਕਹਿੰਦੇ ਨੇ ਕਿ ਕੇਂਦਰ ਦਾ ਮਾਮਲਾ, ਕੇਂਦਰ ਨੇ ਦੇਣੀ MSP। ਅਤੇ ਇੱਕ ਝੋਨੇ ਦੀ ਫਸਲ ਆ ਜਿਹੜੀ ਪੂਸਾ ਕਿਸਮ ਆ 44, ਉਹਦੇ ਉੱਤੇ ਰੋਕ ਦੀਆਂ ਚਰਚਾਵਾਂ ਨੇ ਕਿ ਰੋਕ ਲੱਗ ਗਈ ਹੈ, ਕਿਉਂਕਿ ਉਹ 150 ਦਿਨਾਂ ਦੇ ਵਿੱਚ ਤਿਆਰ ਹੁੰਦੀ ਹੈ, ਪਾਣੀ ਦਾ ਜ਼ਿਆਦਾ ਖਪਤ ਕਰਦੀ ਹੈ। ਹਾਂ, ਪੂਛਾ 44 ਜਦੋਂ ਇੱਕ ਚੀਜ਼ ਇਕੱਠੀ ਕੀਤੀ ਵੀ ਚਲੋ ਪੂਛਾ ਨੂੰ ਬੰਦ ਕਰਤਾ ਇਹਨਾਂ ਨੇ, ਵੈਸੇ ਝੋਨਾ ਵੈਸੇ ਹੀ ਬੰਦ ਹੋਣਾ ਚਾਹੀਦਾ ਪਹਿਲਾਂ ਹੀ, ਇਹ ਤਾਂ ਜ਼ਰੂਰੀ ਹੈ, ਪੰਜਾਬ ਦੇ ਬਚਾਉਣਾ, ਪਾਣੀ ਬਚਾਉਣਾ ਆਪਾਂ ਨੇ। ਤਾਮਿਲਨਾਡੂ ਦੇ ਕਿਸਾਨ ਜੀ ਇੱਕ ਤਾਂ ਨਦੀਆਂ ਦਾ ਮਿਲਾਨ ਮੰਗ ਰਹੇ ਆ, ਸਾਰੇ ਭਾਰਤ ਦੀਆਂ ਨਦੀਆਂ ਨੂੰ ਇੱਕ ਸੁਰ 'ਚ ਪਰੋ, ਇੱਕ ਤਾਂ ਇਹ ਮੰਗ ਰਹੇ ਆ ਉਹ। ਦੂਜੀ ਗੱਲ ਆ, ਉਹਨਾਂ ਦੇ ਮੁਆਵਜ਼ੇ ਨੇ ਕੁਛ ਉਸ ਇਲਾਕੇ ਦੇ ਕਿਸਾਨਾਂ ਦੇ, ਉਹ ਦਿਓ ਸਾਨੂੰ। ਫਸਲਾਂ 'ਤੇ MSP ਗੱਲ ਤੱਕ ਸਾਰੇ ਮੰਗ ਹੀ ਰਹੇ ਨੇ। ਕਈ ਸਾਰੀਆਂ ਮੰਗਾਂ ਨੂੰ ਲੈ ਕੇ ਕੱਲ੍ਹ ਉਹ ਜੰਤਰ ਮੰਤਰ 'ਤੇ ਆ ਗਿਆ 100 ਦੇ ਕਰੀਬ ਬੰਦਾ। ਅਤੇ ਆਪਣੀ ਗੱਲ ਨੂੰ ਪਹੁੰਚਾਉਣ ਦੇ ਲਈ ਮੀਡੀਆ ਤੱਕ ਕੀ ਕਰਨਾ ਪਿਆ, ਉਹਨੂੰ ਟਾਵਰ 'ਤੇ ਚੜ੍ਹ ਗਏ, ਉੱਥੇ ਰੁੱਖ ਹੈਗੇ ਨੇ ਜੰਤਰ ਮੰਤਰ, ਉਹਦੇ 'ਤੇ ਚੜ੍ਹ ਗਏ, ਲਿਟਣ ਲੱਗ ਪਏ ਹੇਠਾਂ, ਨਾਰੇ ਬਾਜੀ। ਇਹ ਮੀਡੀਆ ਦੇ ਤੱਕ ਪਹੁੰਚਾਉਣ ਦਾ ਜ਼ਰੀਆ ਅਖਤਿਆਰ ਕੀਤਾ ਉਹਨਾਂ ਕਿਸਾਨਾਂ ਨੇ, ਤਾਮਿਲਨਾਡੂ ਦੇ ਕਿਸਾਨਾਂ ਨੇ। ਅਤੇ ਉਹ ਫਿਰ ਉਹਨਾਂ ਨੂੰ ਲਿਆ ਕੇ ਕਰੇਨਾ ਤਾਰਨਾ ਪਿਆ ਹੇਠਾਂ, ਆਪਣੀ ਗੱਲ ਮੀਡੀਆ ਤੱਕ ਪਹੁੰਚਾਉਣ 'ਚ ਕਾਮਯਾਬ ਹੋਏ ਨੇ। ਜੇ ਮੀਡੀਆ 'ਤੇ ਗੱਲ ਪਹੁੰਚੀ ਆ, ਚਰਚਾ ਵੀ ਅਸੀਂ ਕਰ ਰਹੇ ਹਾਂ ਉੱਥੇ, ਅਤੇ ਸਰਕਾਰ ਤੱਕ ਵੀ ਪਹੁੰਚੀ ਹੈ ਗੱਲ ਉਹ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।